ਨਵੀਂ ਪਹਿਲ ਜਿਹੜੀ ਕੀਤੀ ਆ ਇਹ ਗਰੀਨ ਪਰਿਵਾਰ ਜਿਹੜੇ ਜਿਨ੍ਹਾਂ ਦੇ ਸਿਰ ਤੇ ਕੋਈ ਨਵੀਂ ਪਹਿਲ ਨਹੀਂ, ਇੱਕ ਗੱਲ ਯਾਦ ਰੱਖ, ਮੈਂ ਇਹਨਾਂ ਨੂੰ ਉਹੀ ਦਿੱਤਾ ਜੋ ਇਹਨਾਂ ਦਾ ਹੈ। ਜਦੋਂ ਨਵਜੋਤ ਸਿੰਘ ਸਿੱਧੂ ਇਹਨਾਂ ਦਾ ਹੈ ਤੇ ਫਿਰ ਇਸ ਘਰ ਦੇ ਉੱਤੇ ਇਸ ਦੌਲਤ ਤੇ ਇਹਨਾਂ ਦਾ ਪੂਰਾ ਹੱਕ ਹੈ, ਸਮਝਣਾ ਮੇਰੀ ਗੱਲ। ਮੈਂ ਘੰਟਿਆਂ ਧਿਆਨ 'ਚ ਰਹਿਣਾ ਥੱਲੇ ਬਾਬਾ ਜੀ ਦੀ ਬੀੜਾ ਉੱਪਰ ਮੰਦਰ ਦਰਸ਼ਨ ਕਰਕੇ ਆ ਜਾ ਕੇ 7-8 ਘੰਟੇ ਧਿਆਨ 'ਚ ਰਹਿਣਾ, ਔਰ ਜਦੋਂ ਆਪਣੀ ਅੰਦਰਲੀ ਲੋਅ ਦੇ ਨਾਲ ਵਨ ਆਈ ਬਿਕਮ ਵਨ ਵਿਦ ਮਾਈ ਇਨਰ ਲਾਈਟ ਆਈ ਰਿਅਲਾਈਜ਼ ਦੈਟ ਦੇਰ ਇਜ਼ ਨੋ ਵਨ ਡਿਫਰੈਂਟ। ਗੱਲ ਨੂੰ ਸਮਝ ਲਓ, ਇਸ ਕਰਕੇ ਜੋ ਮੈਂ ਇਹਨਾਂ ਲਈ ਕਰ ਰਿਹਾ ਉਹ ਇਹਨਾਂ ਲਈ ਨਹੀਂ ਹੈ, ਉਹ ਮੈਂ ਆਪਣੇ ਲਈ ਕਰ ਰਿਹਾ, ਪਹਿਲੀ ਗੱਲ। ਦੂਸਰੀ ਗੱਲ, ਇਹ ਵਚਨ ਮੈਂ ਇਸ ਕਰਕੇ ਦਿੱਤਾ ਸੀ, ਇਸ ਕਰਕੇ ਦਿੱਤਾ ਸੀ ਕਿਉਂਕਿ ਇਹ ਮੇਰਾ ਮਕਸਦ ਹੈ ਰਾਜਨੀਤੀ ਦਾ। ਦਿਸ ਇਜ਼ ਦੀ ਪਰਪਸ ਆਫ ਮਾਈ ਪੋਲੀਟਿਕਸ। ਮੇਰੀ ਪੋਲੀਟਿਕਸ ਕੀ ਹੈ? ਮੇਰੀ ਪੋਲੀਟਿਕਸ ਇੰਨਾ ਹੀ ਹੈ ਕਿ ਮੈਨੂੰ ਕੁਛ ਮਿਲਦਾ ਜਾਂ ਨਹੀਂ ਮਿਲਦਾ ਉਹਦਾ ਮੈਨੂੰ ਕੋਈ ਚਿੰਤਾ ਨਹੀਂ, ਮੇਰੇ ਕੋਲ ਸਭ ਕੁਛ ਹੈ। ਜਦੋਂ ਨੂੰ ਮੈਂ 45 ਸਾਲ ਦਾ ਹੋਇਆ ਸੀ, ਵਨ ਆਈ ਵਾਸ 45 ਆਈ ਹੈਡ ਗਿਵਨ ਵਿੰਗਸ ਟੂ ਆਲ ਮਾਈ ਐਸਪੀਰੇਸ਼ਨਸ, ਦੇਅਰ ਵਾਸ ਨਥਿੰਗ ਲੈਫਟ। ਮੈਂ ਇਹਨਾਂ ਲੋਕਾਂ ਦਾ ਵਿਸ਼ਵਾਸ ਕਦੇ ਨਾ ਤੋੜਾ। ਆਈ ਸ਼ੁੱਡ ਨੈਵਰ ਐਵਰ ਬਿਟਰੇ ਦ ਫੇਥ ਆਫ ਦ ਪੀਪਲ ਹੂ ਵੋਟਡ ਮੀ 6 ਟਾਈਮਸ। ਦੇਰ ਆਰ ਪੀਪਲ ਹੂ ਯੈਪ ਵੇ ਟੂ ਗਲੋਰੀ, ਦੇ ਕੈਨ ਸੇ ਐਨੀਥਿੰਗ, ਬਟ ਦੈਟ ਇਜ ਨੋਟ ਵਾਟ ਮੈਟਰਸ ਟੂ ਮੀ। ਮੈਨੂੰ ਮੈਟਰ ਕਰਦਾ ਹੈ ਇਹ ਲੋਕ ਜਿਨ੍ਹਾਂ ਨੇ ਮੈਨੂੰ 6 ਇਲੈਕਸ਼ਨ ਜਿਤਾਏ, ਸਮਝਦੇ ਹੋ? ਇਹ 6 ਉਹ ਨੇ, ਔਰ ਮੈਂ ਹੌਲੀ ਹੌਲੀ ਚੱਲੂ ਪਰ ਪੱਕੇ ਪੈਰੀ ਚੱਲੂ। ਇਹ ਇਹ ਸਾਰੀ ਉਮਰ ਜਦ ਤੱਕ ਮੈਂ ਜਿਉਂਦਾ ਮੇਰੀਆਂ ਤਮਣੀਆਂ 'ਚ ਦਹੂ ਹੈ ਸਾਰੀ ਉਮਰ, ਓਕੇ। ਐਂਡ ਦੂਸਰੀ ਗੱਲ, ਇਹ ਚਾਹੇ ਮੇਰਾ ਮੁੰਡਾ ਕਮਾਵੇ ਚਾਹੇ ਮੈਂ ਨਾ ਰਹਾਂ, ਫਿਰ ਵੀ ਇਹਨਾਂ ਨੂੰ ਜਦ ਤੱਕ ਇਹ ਘਰ ਇੱਥੇ ਹੈ ਇਹਨਾਂ ਨੂੰ ਇਹ ਪੈਸੇ ਮਿਲਦੇ ਰਹਿਣਗੇ। ਦੂਸਰੀ ਗੱਲ, ਹੁਣ ਸੈਕਿੰਡ ਕੈਟੇਗਰੀ ਹੈ, ਸੈਕਿੰਡ ਕੈਟੇਗਰੀ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਨੌਕਰੀਆਂ ਦੇ ਸਕਦੇ। ਸੈਕਿੰਡ ਕੈਟੇਗਰੀ ਦੇ ਵਿੱਚ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਸਾਨੂੰ ਪੈਸੇ ਨਹੀਂ ਚਾਹੀਦੇ, ਇਹਨਾਂ ਦਾ ਤਾਂ ਗੁਜ਼ਾਰਾ ਹੀ ਨਹੀਂ ਸੀ ਹੁੰਦਾ, ਰਾਈਟ? ਇਹਨਾਂ ਦਾ ਤਾਂ ਘਰ 'ਚ ਚੂਲਾ ਹੀ ਨਹੀਂ ਸੀ ਪੱਕ ਸਕਦਾ, ਇਹਦਾ ਜਵਾਨ ਮੁੰਡਾ ਚਲਾ ਗਿਆ, ਕਿਸੇ ਦਾ ਕੁਛ ਹੋ ਗਿਆ, ਕਿ ਬੱਚੀ ਹੈ ਜਿਹਦੀ ਅਡੋਪਸ਼ਨ ਹੈ 6-7 ਬੰਦੇ ਨੇ, ਉਹ ਅਡੋਪਸ਼ਨ ਹੋ ਜੂਗੀ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਮਦਦ ਦੀ ਲੋੜ ਸੀ, ਬਾਕੀ ਜਿੰਨੇ ਵੀ ਨੇ ਉਹਨਾਂ ਨੂੰ ਸਾਰਿਆਂ ਨੂੰ ਸੈਟਲ ਕਰਾਂਗੇ। ਜਿਹੜੇ ਇੰਜਰਡ ਵੀ ਸੀ, ਇੰਜਰਡ ਤੋਂ ਵੀ ਜਿਨ੍ਹਾਂ ਨੂੰ ਨੌਕਰੀ ਨਹੀਂ ਹੈਗੀ ਜਿਨ੍ਹਾਂ ਦੇ ਕੋਲ, ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਪ੍ਰੈਫਰੈਂਸ ਦੇਵਾਂਗੇ। ਚੀਫ ਮਿਨਿਸਟਰ ਸਾਹਿਬ ਨੇ ਸੋਸ਼ੋ ਇਕਨੋਮਿਕ ਫੈਬਰਿਕ ਬਣਾਇਆ, ਜਿੱਥੇ ਜਿੱਥੇ ਜਿਹੜਾ ਬੰਦਾ ਆਪਣੀ ਆਰਥਿਕ ਵਿਵਸਥਾ ਦੇ ਹਿਸਾਬ ਦੇ ਨਾਲ ਨਹੀਂ, ਆਪਣੀ ਐਜੂਕੇਸ਼ਨ ਦੇ ਹਿਸਾਬ ਦੇ ਨਾਲ ਸੈਟਲ ਹੋ ਸਕੂਗਾ। ਦੇਰ ਆਰ ਸਮ ਕੁਆਲੀਫਿਕੇਸ਼ਨਸ ਫੋਰ ਜੋਬਸ, ਰਾਈਟ? ਉਹ ਜਿਹੜੀ ਜਿਹੜੀ ਕੁਆਲੀਫਿਕੇਸ਼ਨ ਜਿਹਦੀ ਜਿਹਦੀ ਹੈਗੀ ਉਹ ਉਸੇ ਤਰੀਕੇ ਦੇ ਨਾਲ ਉਹ ਉੱਥੇ ਸੈਟਲ ਹੋਊਗਾ। ਹੋਰ ਕੋਈ ਸਵਾਲ? ਅੱਜ ਸਮਨਿੰਗ ਕੀਤੀ ਗਈ ਸੀ ਡਾਕਟਰ ਨਵਜੋਤ ਕੌਰ ਸਿੱਧੂ ਵੀ ਗਏ, ਪਰ ਤੁਸੀਂ ਆਪਣੀ ਲੈਟਰ ਉੱਥੇ ਭੇਜ, ਸਿੰਪਲ ਫਰੋਮ ਦ 16th ਟੂ ਦ 20th, ਫਰੋਮ ਦ 17th ਮਾਰਨਿੰਗ ਟੂ ਦ 20th ਮੈਂ ਪੰਜਾਬ 'ਚ ਹੀ ਨਹੀਂ ਸੀ, ਸਮਝੇ ਨਹੀਂ? ਸੋ ਆਈ ਟੋਲਡ ਹਿਮ, ਆਈ ਰੋਟ ਟੂ ਹਿਮ ਕਿ ਫਰੋਮ ਦ 16th ਟੂ ਦ 20th ਆਈ ਵਾਜ਼ ਆਊਟ ਆਫ ਪੰਜਾਬ, ਸੋ ਦੇਰ ਆਰ ਨੋ ਇਨਪੁੱਟਸ ਦੈਟ ਕੈਨ ਐਕਚੁਲੀ ਐਡ ਟੂ ਯੋਰ ਪ੍ਰੋਸੀਡਿੰਗਸ, ਰਾਈਟ? ਮੈਂ ਹੈਰਾਨ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਪ੍ਰੈਜੀਡੈਂਟ ਆਫ ਇੰਡੀਆ ਕੋਲ ਨਹੀਂ ਗਿਆ ਵੀ ਜਿਹੜਾ ਜਹਾਜ਼ ਇੰਡੋਨੇਸ਼ੀਆ ਦੇ ਵਿੱਚ ਡਿੱਗਿਆ ਉਹਦੇ 'ਚ ਨਵਜੋਤ ਸਿੰਘ ਸਿੱਧੂ ਜ਼ਿੰਮੇਵਾਰ ਹੈ। ਇਹ ਮੈਂ ਹੈਰਾਨ ਹਾਂ ਵੀ ਉੱਥੇ ਕਿਉਂ ਨਹੀਂ ਗਿਆ। ਹੈਂਗ ਔਨ ਯੰਗ ਲੇਡੀ, ਹੈਂਗ ਔਨ, ਆਈ ਲਾਂਸ ਅ ਦੋਸ ਦੈਟ ਆਈ ਨੋ। ਹਾਂ, ਅਤੇ ਦੂਜੀ ਗੱਲ, ਮੈਂ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ ਮੰਨਦਾ ਅੰਤਹਿਕਣ। ਅੰਤਹਿਕਣ ਦੀ ਜਿਹੜੀ ਆਵਾਜ਼ ਹੈ ਉਹ ਪਰਮਾਤਮਾ ਦੀ ਆਵਾਜ਼ ਹੈ। ਅ ਗੁੱਡ ਕੌਨਸ਼ੀਅੰਸ ਇਜ਼ ਦ ਬੈਸਟ ਟ੍ਰੈਂਕਲਾਈਜ਼ਰ ਦੈਟ ਯੂ ਕੈਨ ਐਵਰ ਹੈਵ। ਜਦੋਂ ਤੁਹਾਡੇ ਜ਼ਿਹਨ 'ਚੋਂ ਆਵਾਜ਼ ਆਵੇ ਵੀ ਤੁਸੀਂ 4 ਦਿਨ ਸੀ ਔਰ ਤੈਨੂੰ ਕੋਈ ਐਕਸਪਲੇਨੇਸ਼ਨ ਦੇਣ ਦੀ ਲੋੜ ਨਹੀਂ ਹੁੰਦੀ, ਸਮਝ? ਦੇਰ ਆਰ ਨੋ ਐਕਸਪਲੇਨੇਸ਼ਨਸ ਰਿਕੁਆਇਰਡ। ਵੈਰੀ ਕਲੀਅਰ, 17th ਆਨਵਰਡਸ ਟੂ ਦ 20th ਅੰਮ੍ਰਿਤਸਰ, ਦੇਰਫੋਰ ਆਈ ਕਾਂਟ ਆਈਦਰ ਐਨਲਾਈਟਨ ਯੂ ਔਰ ਐਡ ਟੂ ਯੋਰ ਪ੍ਰੋਸੀਡਿੰਗਸ। ਗੱਲ ਖਤਮ, ਬਾਤ ਖਤਮ, ਖਟਾਕ।